ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਵੈਮਾਨ ਸਿੰਘ ਪਿੰਡ ਮੇਰਾ ਪੱਖੋ ਕੇ ਪਿਛਲੇ 25 ਸਾਲਾਂ ਤੋਂ ਮੈਂ ਅਮਰੀਕਾ ਵਿੱਚ ਰਹਿ ਰਿਹਾ ਉੱਥੇ ਕਾਰਡੀਓਲੋਜਿਸਟ ਹਾਂ ਮੇਰੇ ਫਾਦਰ ਸਾਹਿਬ ਸਰਦਾਰ ਜਸਵਿੰਦਰਪਾਲ ਸਿੰਘ ਜੀ ਪੱਖੋ ਕੇ ਤੋਂ ਐਸਐਫਆਈ ਦੇ ਪਹਿਲੇ ਪ੍ਰਧਾਨ ਫਾਊਂਡਰ ਸੀ ਸਰਦਾਰ ਲੈਂਬਰ ਸਿੰਘ ਜੀ ਤੱਕੜ ਹੋਣਾ ਦੇ ਨਾਲ ਅਮਰੀਕਾ 'ਚ ਮੈਂ ਕਾਫੀ ਖੁਸ਼ ਹਾਂ ਮੇਰਾ ਕੰਟਰੈਕਟ ਸਾਈਨ ਕਰਨ ਲੱਗਾ ਹਾਂ ਪਿਛਲੇ ਮਹੀਨੇ ਡਾਕਟਰ ਦੀ ਤਨਖਾਹ ਕੁਛ 5-6 ਲੱਖ ਡਾਲਰ ਹੁੰਦੀ ਆ ਪਰ ਮੈਨੂੰ ਪਤਾ ਸੀ ਆ ਇੱਥੇ ਮੇਰੀ ਲੋੜ ਪੈ ਸਕਦੀ ਆ ਕੋਵਿਡ ਦਾ ਟਾਈਮ ਆ ਸਾਡੇ ਬਜ਼ੁਰਗਾਂ ਸੜਕਾਂ ਤੇ ਆ ਕਦੀ ਵੀ ਮੈਨੂੰ ਇੱਥੇ ਆਉਣਾ ਪੈ ਸਕਦਾ ਪਿਛਲੇ ਮਹੀਨੇ ਤੋਂ ਅਸੀਂ ਇੱਥੇ ਸੇਵਾ ਕਰ ਰਹੇ ਆ ਸਾਡਾ ਮੈਡੀਕਲ ਕੈਂਪ ਚੱਲ ਰਿਹਾ ਟਿਕਰੀ ਬਾਰਡਰ ਤੇ ਕਿਉਂਕਿ ਸੰਗੂ ਇੱਥੇ ਕਾਫੀ ਉਹ ਚੀਜ਼ਾਂ ਹੈਗੀਆਂ ਸੀ ਜਿਹੜੀਆਂ ਲੋਕਾਂ ਨੂੰ ਲੋੜ ਸੀ ਅਸੀਂ ਉਦੋਂ ਦੇ ਟਿਕਰੀ ਤੇ ਆ ਸਟੇਜਾਂ ਤੇ ਇਸ ਲਈ ਨਹੀਂ ਆਏ ਕਿਉਂਕਿ ਕੰਮ ਕਰਨਾ ਜ਼ਰੂਰੀ ਆ ਪਰ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਮੈਨੂੰ ਫੋਰਸ ਕੀਤਾ ਗਿਆ ਕਿ ਆ ਕੇ ਆਪਣੀਆਂ ਗੱਲਾਂ ਕੁਝ ਸ਼ੇਅਰ ਕਰੀਏ ਜੋ ਅਸੀਂ ਕੰਮ ਕਰ ਰਹੇ ਹਾਂ ਸੋ ਪਹਿਲਾ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹ ਅੱਜ ਦਵਾਈਆਂ ਦਾ ਮੈਂ ਇੱਕ ਡਾਕਟਰ ਹਾਂ ਡਾਕਟਰ ਦਾ ਕੰਮ ਹੁੰਦਾ ਆ ਸੇਵਾ ਇਹ ਜਿਹੜੇ ਵੀਰ ਮੇਰੇ ਪੰਜਾਬ 'ਚ ਦੂਰ ਦੂਰ ਤੱਕ ਜਿਹੜੇ ਡਾਕਟਰ ਆ ਉਹ ਇਹ ਗੱਲ ਨੋਟ ਕਰਨ ਸਾਡਾ ਕੰਮ ਕਮਾਈ ਨਹੀਂ ਸਾਡਾ ਕੰਮ ਪੈਸੇ ਨਹੀਂ ਅਸੀਂ ਪੈਸੇ ਦੇ ਪੁੱਤ ਨਹੀਂ ਬਣਨਾ ਜਦੋਂ ਸਾਡੇ ਬਜ਼ੁਰਗ ਹੋਣਗੇ ਸੜਕਾਂ ਤੇ ਅਸੀਂ ਇਹ ਸੋਚੀ ਜਾਈਏ ਅਸੀਂ ਕੋਵਿਡ ਤੋਂ ਡਰੀ ਜਾਈਏ ਕਰੋਨਾ ਤੋਂ ਡਰੀਏ ਤੇ ਇਹਨਾਂ ਦਾ ਸਾਥ ਨਾ ਦਈਏ ਸ਼ਰਮ ਆਉਣੀ ਚਾਹੀਦੀ ਸਾਡੀ ਡਾਕਟਰੀ ਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਇਸ ਲਈ ਡਾਕਟਰ ਨਹੀਂ ਬਣਾਇਆ ਸੀ ਕਿ ਜਦੋਂ ਉਹਨਾਂ ਨੂੰ ਸਾਡੀ ਲੋੜ ਪਵੇ ਤੇ ਅਸੀਂ ਲੁਕ ਜਾਈਏ ਉੱਥੇ ਸੋ ਭਾਵੇਂ ਤੁਸੀਂ ਅਮਰੀਕਾ ਜਾਂ ਆਸਟ੍ਰੇਲੀਆ ਕਿਤੇ ਵੀ ਜਾਣਾ ਜੇ ਤੁਸੀਂ ਇਹ ਧਰਤੀ ਦੇ ਹੋ ਤੇ ਇੱਥੇ ਪਹੁੰਚੋ ਤੁਹਾਡੇ ਬਜ਼ੁਰਗਾਂ ਨੂੰ ਤੁਹਾਡੀ ਲੋੜ ਆ ਤੁਹਾਡੀ ਜਿਹੜੀ ਧਰਤੀ ਤੁਹਾਡੇ ਗੁਰੂਆਂ ਨੇ ਇੱਥੇ ਕੀ ਨਹੀਂ ਕੀਤਾ ਬਾਬੇ ਨਾਨਕ ਦੀ ਧਰਤੀ ਉਹਨੂੰ ਤੁਹਾਡੀ ਲੋੜ ਆ ਇੱਥੇ ਪਹੁੰਚੋ ਇੱਥੇ ਪਹੁੰਚ ਕੇ ਆਪਣੇ ਲੋਕਾਂ ਦੀ ਸੇਵਾ ਕਰੋ ਜੋ ਡਾਕਟਰੀ ਦਾ ਕੰਮ ਆ ਸਾਡਾ ਕੰਮ ਪੈਸੇ ਕਮਾਉਣਾ ਨਹੀਂ ਉਹ ਬਾਅਦ 'ਚ ਕਮਾ ਲਾਂਗੇ ਦੂਜਾ ਕੰਮ ਇਹ ਦਿਨ ਰਾਤ ਜਿਹੜੀ ਮਿਹਨਤ ਆ ਉਹਦੇ ਲਈ ਸਾਡੇ ਲਈ ਵਾਲੰਟੀਅਰ ਜੱਸਾ ਮੇਰੇ ਭਰਾ ਭੈਣਾਂ ਦੂਰ ਦੂਰ ਤੋਂ ਕਰਨਾਟਕਾ ਤੋਂ ਆਸਾਮ ਤੋਂ ਆਉਂਦੇ ਨੇ ਕੋਈ 5 ਦਿਨ ਕੋਈ 6 ਦਿਨ ਕੋਈ 10 ਦਿਨ ਕੋਈ ਜਦੋਂ ਦਾ ਇਹ ਮਹੀਨਾ ਸ਼ੁਰੂ ਹੋਇਆ ਪਿਛਲੇ ਮਹੀਨੇ ਦੇ ਸਾਡੇ ਨਾਲ ਨੇ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਸੋ ਅਸੀਂ ਹੋਰ ਪੰਜਾਬ ਵਿੱਚ ਬਾਕੀ ਥਾਵਾਂ 'ਚ ਜਿਹੜੇ ਡਾਕਟਰ ਸਾਰੇ ਹਿੰਦੁਸਤਾਨ ਦੇ ਡਾਕਟਰਾਂ ਨੂੰ ਬੁਲਾਉਂਦੇ ਹਾਂ ਇੱਥੇ ਆਗੋ ਸੇਵਾ ਦਾ ਕੰਮ ਕਰੋ ਸੇਵਾ ਦੇ ਇੱਥੇ ਸਾਨੂੰ ਲੋੜ ਆ ਦੂਜਾ ਕੰਮ ਅਸੀਂ ਕੀਤਾ ਗਿਆਨ ਦਾ ਲੰਗਰ ਮੈਂ ਬਾਹਰ ਬੈਠਾ ਸਾਂ ਤੇ ਲੋਕੀ ਕਹਿੰਦੇ ਯਾਰ ਇਹ ਜਿਹੜੇ ਕਿਸਾਨ ਆ ਅਨਪੜ੍ਹ ਆ ਉਹ ਮੈਂ ਕਿਹਾ ਯਾਰ ਅਜੀਬ ਆ ਉਹ ਅਸੀਂ ਅਮਰੀਕਾ 'ਚ ਕੋਈ ਇਗਜ਼ਾਮ ਨਹੀਂ ਹੋਇਆ ਜਿਹੜਾ ਮੈਂ ਟੌਪ 1% ਜਿਹ 'ਚ ਮੇਰੇ ਸਕੋਰ ਨਹੀਂ ਆਏ ਡਾਕਟਰੀ ਦਾ ਕੋਈ ਵੀ ਇਗਜ਼ਾਮ ਆ ਅਸੀਂ ਟੌਪ 1% ਆ ਪਰ ਮੈਂ ਕਿਸਾਨ ਦਾ ਪੁੱਤ ਆ ਉਹ ਲਿਬਾਸ ਸਾਡਾ ਦੇਸੀ ਆ ਪਰ ਅਸੀਂ ਪੜ੍ਹੇ ਲਿਖੇ ਬਹੁਤ ਆ ਤੁਹਾਡੇ 'ਚੋਂ ਜ਼ਿਆਦਾ ਪ੍ਰੋਫੈਸਰ ਹੋਣਗੇ ਕੋਈ ਇੰਜੀਨੀਅਰ ਕੋਈ ਡਾਕਟਰ ਪਰ ਦੇਸੀ ਬੰਦੇ ਆ ਸਾਡੇ ਗੁਰੂਆਂ ਨੇ ਸਾਨੂੰ ਇਹ ਲਿਬਾਸ ਦਿੱਤਾ ਅਸੀਂ ਇੱਦਾਂ ਹੀ ਰਹਿਣਾ ਪਰ ਇਹ ਗਲਤ ਫਹਿਮੀ ਤੁਸੀਂ ਇਹ ਗਲਤ ਫਹਿਮੀ 'ਚ ਨਾ ਆ ਜਾਇਓ ਪੜ੍ਹੇ ਲਿਖੇ ਲੋਕ ਆ ਉਹਦੇ ਲਈ ਗਿਆਨ ਦਾ ਲੰਗਰ ਦਿਨ ਰਾਤ ਉੱਥੇ ਕਿਤਾਬਾਂ ਚੱਲਦੀਆਂ ਬੜੀ ਹੀ ਖੁਸ਼ੀ ਮਿਲਦੀ ਆ ਉਹ ਲੋਕਾਂ ਨੂੰ ਯੂਥ ਨੂੰ ਜਦੋਂ ਸਾਡੇ ਕੋਲ ਆ ਕੇ ਕਿਤਾਬਾਂ ਲੈਂਦੇ ਆ ਪੜ੍ਹ ਕੇ ਵਾਪਸ ਵੀ ਕਰ ਜਾਂਦੇ ਆ ਫਿਰ ਤੀਜਾ ਕੰਮ ਅਸੀਂ ਸਾਫ਼ ਸਫਾਈ ਦਾ ਕੀਤਾ ਜਿਹੜਾ ਕਿਸਾਨ ਹੁੰਦਾ ਹੈ ਨਾ ਉਹਦੀ ਧਰਤੀ ਉਹਦੀ ਮਾਂ ਆ ਆਪਾਂ ਮੰਨਦੇ ਹਾਂ ਨਾ ਹਿੰਦੁਸਤਾਨ ਦੀ ਧਰਤੀ ਆਪਣੀ ਮਾਂ ਆ ਅਸੀਂ ਇਹਨੂੰ ਕਿੱਦਾਂ ਗੰਦਾ ਵੇਖ ਸਕਦੇ ਹਾਂ ਸੋ ਸਾਫ਼ ਸਫਾਈ ਅਸੀਂ ਕਰਨੀ ਆ ਉਹ ਚੱਲ ਰਹੀ ਆ ਬਾਬਾ ਜੀ ਸੇਵਾ ਸਿੰਘ ਖਡੂਰ ਸਾਹਿਬ ਉਹਨਾਂ ਨੇ ਸਾਨੂੰ ਸਿੱਖਿਆ ਵਾ ਕਿ ਪੋਲੂਸ਼ਨ ਘੱਟ ਕਰੋ ਜਿਹੜਾ ਪਾਣੀ ਆ ਉਹਦੀ ਵਰਤੋਂ ਧਿਆਨ ਨਾਲ ਕਰੋ ਉਹ ਕੰਮ ਅਸੀਂ ਕਰ ਰਹੇ ਹਾਂ ਤੇ ਤੁਹਾਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਜਿੱਦਾਂ ਆਪਾਂ ਆਪਣੀਆਂ ਪਾਣੀ ਦੀਆਂ ਬੋਤਲਾਂ ਵਾ ਉਹਨੂੰ ਧਿਆਨ ਨਾਲ ਵਰਤੋਂ ਨੂੰ ਐਵੇਂ ਸੁੱਟੋ ਨਾ ਜਿਹੜੇ ਤੁਹਾਡੇ ਥਾਂ ਥਾਂ ਤੇ ਟਰੈਸ਼ ਬਿਨ ਲਗਾਏ ਆ ਜਿਹੜੀਆਂ ਵੱਡੀਆਂ ਸੰਸਥਾਵਾਂ ਵਾ ਉਹਨਾਂ ਨੂੰ ਕਿਹਾ ਜਾਂਦਾ ਵੱਡੇ ਟੈਂਕਰ ਪਾਣੀ ਦੇ ਰੱਖੋ ਸਟੀਲ ਦੇ ਗਲਾਸ ਰੱਖੋ ਪੋਲੂਸ਼ਨ ਤੋਂ ਦੂਰ ਰਹੋ ਸਾਫ਼ ਸਫਾਈ ਕਿਸਾਨ ਦਾ ਧਰਮ ਆ ਦੂਜੀ ਗੱਲ ਮੈਂ ਇਹ ਬੇਨਤੀ ਸਾਰਿਆਂ ਨੂੰ ਕਰਦਾ ਜਦੋਂ ਇਹ ਸੰਘਰਸ਼ ਖਤਮ ਹੋ ਗਿਆ ਜਦੋਂ ਤੁਸੀਂ ਇਹ ਲੜਾਈ ਜਿੱਤ ਗਏ ਉਹ ਤੋਂ ਇੱਕ ਦਿਨ ਬਾਅਦ ਜ਼ਰੂਰ ਇੱਥੇ ਸਾਰਿਆਂ ਨੇ ਰਹੋ ਸਾਡੇ ਨਾਲ ਰਿਹੋ ਕਿਉਂਕਿ ਉਹ ਵਾਲੇ ਦਿਨ ਤੋਂ ਬਾਅਦ ਅਗਲੇ ਦਿਨ ਮੈਂ ਫਲਾਈਟ ਕਰਕੇ ਆਪਣੇ ਅਮਰੀਕਾ ਚੱਲ ਜਾਣਾ ਪਰ ਉਹ ਵਾਲੇ ਦਿਨ ਅਸੀਂ ਸਫਾਈਆਂ ਕਰਨੀਆਂ ਇੱਥੇ ਇਹ ਸਾਰੀ ਧਰਤੀ ਆਪਾਂ ਸਾਫ਼ ਕਰਕੇ ਜਾਣੀ ਆ ਕਿਉਂਕਿ ਇਹ ਸਾਡੀ ਜਿਹੜੀ ਧਰਤੀ ਸਾਡੀ ਮਾਂ ਆ ਤੇ ਲੋਕਾਂ ਨੂੰ ਪਤਾ ਹੋਵੇ ਕਿ ਕਿਸਾਨ ਜਦੋਂ ਇੱਥੇ ਆਏ ਸੀ ਚੌਥੀ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਰਹਿਣ ਬਸੇਰੇ ਦੀ 4000 ਬੀਬੀਆਂ ਦੀ 10 ਦਿਨ ਪਹਿਲਾਂ ਠੰਡ ਦੇ ਕਾਰਨ ਇੱਕ ਬਜ਼ੁਰਗ ਸਾਰੀ ਰਾਤ ਸ਼ਿਵਰ ਕਰਦਾ ਰਿਹਾ ਕੰਬਦਾ ਰਿਹਾ ਮੈਨੂੰ ਬੁਲਾਇਆ ਗਿਆ ਮੇਰੇ ਹੱਥਾਂ 'ਚੋਂ ਬਜ਼ੁਰਗ ਦੀ ਮੌਤ ਹੋਈ ਅਸੀਂ ਉਹ ਚੀਜ਼ ਜਰ ਨਹੀਂ ਪਾਏ ਕਿ ਯਾਰ ਇਹ ਰਾਜੇ ਰਾਣੀਆਂ ਇਹ ਕਿੱਦਾਂ ਸੜਕਾਂ 'ਤੇ ਰਹਿ ਸਕਦੇ ਆ ਠੰਡ ਵਿੱਚ ਕਿੱਦਾਂ ਅਸੀਂ ਇਹ ਬਿਮਾਰੀ ਜੜ ਤੋਂ ਮੁਕਾਉਣੀ ਆ ਬਿਮਾਰੀ ਕੀ ਆ ਠੰਡ ਠੰਡ ਲਈ ਕੀ ਚਾਹੀਦਾ ਰਹਿਣ ਬਸੇਰਾ ਉੱਥੇ ਪੱਕਾ ਬੱਸ ਸਟੈਂਡ ਅਸੀਂ ਲੈ ਲਿਆ ਜਿੱਥੇ ਬਹੁਤ ਜ਼ਿਆਦਾ ਮੁਰੰਮਤ ਹੋਣ ਵਾਲੀ ਸੀ ਭਾਵੇਂ ਤਾਰਾਂ ਭਾਵੇਂ ਵੈਲਡਿੰਗ ਨਵੇਂ ਬਾਥਰੂਮ ਗੀਜ਼ਰ ਹਰ ਇੱਕ ਕੰਮ ਕਰ ਰਹੇ ਹਾਂ ਅਸੀਂ ਬਹੁਤ ਛੋਟੇ ਹਾਂ ਇੱਕ ਹੋਰ ਮੈਂ ਗੱਲ ਕਰਦਾ ਅਸੀਂ ਪੈਸੇ ਕਿਸੇ ਕੋਲ ਨਹੀਂ ਲੈਂਦੇ ਇਹ ਗੱਲ ਮੇਰੀ ਨੋਟ ਕਰ ਲਿਓ ਭਾਵੇਂ ਜਿਹੜੇ ਮਰਜ਼ੀ ਬਾਅਦ ਸਾਨੂੰ ਪੈਸਾ ਦੇਣ ਦੀ ਕੋਸ਼ਿਸ਼ ਨਾ ਕਰਿਓ ਸਾਡੇ ਵੀਰ ਪਹਿਲੀ ਗੱਲ ਸਾਡੀ ਆਪਦੀ ਕਮਾਈ ਆ ਮੇਰੇ ਨਾਲ ਮੇਰੇ ਵੀਰ ਡਾਕਟਰ ਵੀਰ ਦੂਰ ਦੂਰ ਤੋਂ ਜੁੜੇ ਆ ਅਸੀਂ ਬੇਨਤੀ ਕਰਦੇ ਹਾਂ ਸਾਨੂੰ ਆਹ ਸਮਾਨ ਚਾਹੀਦਾ ਉੱਥੇ ਪਹੁੰਚ ਜਾਂਦਾ ਬਾਕੀ ਜਿਹੜੀਆਂ ਦੋ ਗੱਲਾਂ ਮੇਰੀਆਂ ਜ਼ਰੂਰੀ ਆ ਇੱਕ ਸਾਨੂੰ ਖਾਲਿਸਤਾਨੀ ਕਿਹਾ ਜਾਂਦਾ
ਜਾਂਦਾ ਉਹ ਇਹ ਜਿਹੜਾ ਤਿਰੰਗਾ ਨਾ ਇਹਦੇ ਲਈ ਅਸੀਂ ਇਹ ਜਾਨਾਂ ਦਿੱਤੀਆਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਭਾਵੇਂ ਪਿੱਛੇ ਚੱਲ ਜਾਓ ਹਰੀ ਸਿੰਘ ਨਲੂਆ ਕਿਸਾਨਾਂ ਦੇ ਪੁੱਤਾਂ ਨੇ ਦੇਸ਼ ਲਈ ਜਾਨਾਂ ਦਿੱਤੀਆਂ ਵਾ ਅਸੀਂ ਕਦੀ ਵੀ ਇਸ ਦੇਸ਼ ਦੇ ਟੁਕੜੇ ਹੁੰਦੇ ਵੇਖ ਨਹੀਂ ਸਕਦੇ ਉਹ ਜਿਹੜੇ ਕਹਿੰਦੇ ਸਾਨੂੰ ਖਾਲਿਸਤਾਨੀ ਤੁਸੀਂ ਆਪਣਾ ਦੇਸ਼ ਲੈ ਕੇ ਉੱਧਰ ਹੋ ਸਕਦੇ ਜੋ ਜਿਹੜਾ ਹਿੰਦੁਸਤਾਨੀ ਜਿਹੜਾ ਭਗਤ ਸਿੰਘ ਪੜਿਆ ਜਿਹੜਾ ਊਧਮ ਸਿੰਘ ਪੜਿਆ ਜਿਹੜਾ ਕਰਤਾਰ ਸਿੰਘ ਸਰਾਭਾ ਪੜਿਆ ਜਿਹਨੇ ਬਾਬੇ ਨਾਨਕ ਦੀ ਬਾਣੀ ਪੜ੍ਹੀ ਆ ਉਹ ਕਦੀ ਵੀ ਕਿਸੇ ਵੀ ਦੇਸ਼ ਦੇ ਟੁਕੜੇ ਹੁੰਦੇ ਵੇਖ ਨਹੀਂ ਸਕਦਾ ਸੋ ਮੈਂ ਇਹੋ ਹੀ ਗੱਲਾਂ ਅੰਗਰੇਜ਼ੀ ਵਿੱਚ ਕਰਨਾ ਚਾਹੂੰਗਾ ਕਿਉਂਕਿ ਕਿਤੇ ਨਾ ਕਿਤੇ ਇੰਟਰਨੈਸ਼ਨਲ ਮੀਡੀਆ ਕਿਤੇ ਨਾ ਕਿਤੇ ਸੁੱਤਾ ਵਾ ਮੈਂ ਇਹ ਗੱਲਾਂ ਅਮਰੀਕਾ ਕੈਨੇਡਾ ਤੱਕ ਪਹੁੰਚਾਉਣਾ ਚਾਹੁੰਦਾ ਤੇ ਅੰਗਰੇਜ਼ੀ ਬੋਲ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਤੁਸੀਂ ਮਾਈਂਡ ਨਾ ਕਰੋ ਮੈਂ 2 ਮਿੰਟ ਲਾਉਂਗਾ ਸਤਿ ਸ਼੍ਰੀ ਅਕਾਲ ਜੀ ਮਾਈ ਨੇਮ ਇਜ਼ ਡਾਕਟਰ ਸਵੈਮਾਨ ਸਿੰਘ ਆਮ ਅ ਕਾਰਡੀਓਲੋਜਿਸਟ ਫਰਮ ਯੂ ਐਸ ਏ ਮਾਈ ਡੈਡਸ ਨੇਮ ਇਜ਼ ਜਸਵਿੰਦਰਪਾਲ ਸਿੰਘ ਹੀ ਇਜ਼ ਦ ਫਾਊਂਡਰ ਆਫ SFI ਅਲੋਂਗ ਵਿਦ ਸਰਦਾਰ ਲੈਂਬਰ ਸਿੰਘ ਜੀ ਤੱਗੜ ਹੀ ਵਾਸ ਆਲਸੋ ਦ ਫਰਸਟ ਪ੍ਰੈਜ਼ੀਡੈਂਟ We arrived here because of the pain of our farmers. On TV, you might see pizzas, burgers, but people are literally dying here. Every day in my arms, I have seen people die. I have seen their suffering. If you are a doctor, if you are anything in this world, and you are not suffering with these people, there is something wrong with humanity. You need to learn and you need to come and see their pain. So, couple of things I want to note down, couple of things that we are doing on ground. I want to just note, I'm a cardiologist earning good money in America. I was about to sign my contract for next June, but I don't know how long this is going to go on. I never signed my contract. I'm going to stay here as long as I'm needed. And my thing is for all doctors around the world, if you are in for seva, you need to come here and do seva. As a doctor, we should not run towards money. That is not why we became doctors. If you are a doctor, and you became doctor for the right reasons, you need to be here. So a couple of things that we're doing on ground as far as us, our organization. Number one, we're doing medical seva. A lot of people here are elderly. They are very, very fragile, hypertension, blood pressure. There's a lot of problems. We are here to serve 24/7 on our medical library. Medical. Number two is library. The library was started because a lot of people around the world thought that these Kassans, these farmers are illiterate. I want to let them know, these Kassans gave birth to doctors, they gave birth to engineers, they gave birth to entrepreneurs, CEOs around the world, they're gold medalists, they are the cream of the crop around the world. Don't call us illiterate. If you come to our stalls, you will see our learning, you will see, come talk to us. Don't just call us off. Number three that we're doing is for farmers, land is their mother. We are every day cleaning. You will see that we love our land and we will not see it getting dirty. We clean it. Number four, we have done living for 4,000 females. It will be expanded to 10,000, 50,000. As much as needed, we will do. The reason we do it, in my hands, 10 days ago, an elderly man died. He died because of this cold weather, and he was not the only one. Around all these borders, there are people dying, but you're not seeing. I don't know why you're not seeing. I don't know why you're blind. You're deaf. But there are people dying here, they're suffering. But all you can show on TV is pizzas and burgers. That is not what we eat. Kisans, ahin chole chap chap ke apniyan janga jittiyan wa eh kisan ya. Asi Harmoot Singh Nalue de agle na eh wahi pizza burger nahi ya. So number four, I just want to note down to the international media who's calling us Khalistani. Please note down, it was Sardar ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਹਰੀ ਸਿੰਘ ਨਲੂਆ, they are the people who has always protected this land. How dare we ask for a separate land? It is not Sikhs, it is not Kisans, it is not Punjabis who are asking for a separate land. Don't call us separatists. Our Guru, Guru Nanak Dev Ji, has never told us to ever ask for a separate land. We are God-loving people. You saw what's going on in America right now, all these protests. There is not one person here who is being violent. We are, every day we face violence, but we're not being violent. So please, I beg the international media, I beg all the media in India, stop calling us Khalistanis. We gave our blood for that flag, that Kesari color that you see on the top, that is our blood. That is the blood of Kisans, that is the blood of the farmers. I will end my speech here. Thank you so much for your time. I will just end with one nara. Jai Hind, Inqilab Zindabad!